लो जी साडे नाल दुनिया का महान खिडारी नाग कपूरतला। नागबा जी किदां जी? ਤੇ ਓਪਨਰ ਆਏ ਹੋ, ਕਾਫੀ ਲੰਬਾ ਟਾਰਗੇਟ ਆ 20 ਰਨ ਇੱਕ ਓਵਰ, 20 ਰਨ ਪਰ ਓਵਰ ਚਾਹੀਦੇ ਆ। ਕਿਸ ਤਰ੍ਹਾਂ ਕਿਸ ਤਰੀਕੇ ਨਾਲ ਖੇਡਣਾ ਚਾਹੋਗੇ? ਤਾੜ ਫੜ, ਰੋਕਣ ਵਾਲਾ ਕੋਈ ਮਾਹੌਲ ਨਹੀਂ। ਜੇ ਕੋਈ ਬੋਲਰ ਹੋਰ ਵਧੀਆ ਹੋਇਆ ਓਦਾਂ ਨਹੀਂ ਰੋਕਣੀ। ਟੂਰਨਾਮੈਂਟ ਕਿਵੇਂ ਲੱਗ ਰਿਹਾ? ਕਮੀ ਪੇਸ਼ੀ ਤੇ ਲੋਕਾਂ ਦੇ ਕਿੰਨੇ ਕੁ ਫੋਨ ਆਏ? ਹਾਂ, ਲੋਕਾਂ ਦੇ ਕਿੰਨੇ ਕੁ ਫੋਨ ਆਏ ਵੀ ਆਪਾਂ ਤੁਸੀਂ ਇੱਥੇ ਖੇਡਣ ਆ ਰਹੇ ਹੋ, ਤੁਹਾਨੂੰ ਦੇਖਣ ਲਈ ਅਸੀਂ ਸਪੈਸ਼ਲ ਆ ਰਹੇ ਹਾਂ। ਮੈਸੇਜ ਕਾਲ ਹੈ, ਕੋਈ ਕਮੀ ਪੇਸ਼ੀ ਨਹੀਂ? ਨਾਲ ਰਵੀ ਨੂਰ ਪਰਪੇਟ ਖੇਡਦਾ, ਕੀ ਕਹਿ ਕੇ ਆਇਆ ਰਵੀ? ਰਵੀ ਕੀ ਕਹਿੰਦਾ ਸੀ? ਤਾੜ ਫੜ ਮੇਲਾ ਸਿਰੇ ਦਾ। ਸਾਡੇ ਨਾਲ ਨੂਰਪੁਰ ਬੇਟ ਦਾ ਰਵੀ, ਦੁਨੀਆ ਦਾ ਮਹਾਨ ਖਿਡਾਰੀ। ਰਵੀ ਭਾਜੀ ਕਿਵੇਂ ਹੋ ਜੀ? ਲੰਬਾ ਟਾਰਗੇਟ ਆ 20 ਰਨ ਪਰ ਓਵਰ ਚਾਹੀਦੇ ਨੇ, ਕਿਸ ਤਰੀਕੇ ਦੀ ਰਣਨੀਤੀ ਬਣਾ ਕੇ ਲੈ ਕੇ ਆਏ ਨਾਗ ਕਪੂਰਥਲੇ ਦੇ ਨਾਲ? ਪਰ ਓਵਰ 3 ਛੱਕੇ ਮਾਰਨੇ ਹੀ ਮਾਰਨੇ ਆ, ਨਹੀਂ ਤਾਂ ਫਿਰ ਹਾਂ ਰਹਿ ਜਾਓਗੇ। ਤੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ? ਪੂਰਾ ਤਕੜਾ ਤੇ ਕੋਈ ਕਮੀ ਪੇਸ਼ੀ? ਕੋਈ ਇੱਕ ਅੱਧੀ ਦਾ ਹੋਵੇ? ਨਹੀਂ, ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲ ਰਿਹਾ? ਠੀਕ ਹੈ, ਠੀਕ, ਵਧੀਆ ਖੇਡ ਵੇਖਣ ਨੂੰ ਮਿਲੂ। ਠੀਕ ਹੈ ਜੀ, ਇਹ ਰਵੀ ਰਵੀ ਨੂਰ ਪਰਵੇਟ, ਚਰਚੇ ਵੱਡੇ ਆ। ਲਓ ਜੀ ਸਾਡੇ ਦਰਮਿਆਨ ਭੁੱਲਰਾਂ ਦੇ ਮੁੰਡਾ ਹਰਮਨ ਧੂਰੀ। ਭਾਜੀ ਕੀ ਕਹਿਣਾ ਚਾਹੋਗੇ ਟੂਰਨਾਮੈਂਟ ਬਾਰੇ? ਰੂਬਲ ਪਵੀ ਭਰਾ ਨੂੰ ਤੇ ਬਹੁਤ ਵਧੀਆ ਪ੍ਰਬੰਧ ਨੇ, ਸਾਰਾ ਕੁਛ ਹੀ ਬਹੁਤ ਵਧੀਆ, ਨਿਰਪੱਖ ਟੂਰਨਾਮੈਂਟ ਆ, 8-8 ਓਵਰ ਸਾਰਿਆਂ ਨੂੰ ਪ੍ਰੋਪਰ ਵਧੀਆ ਖੇਡਣ ਦਾ ਮੌਕਾ ਮਿਲ ਰਿਹਾ। ਟੂਰਨਾਮੈਂਟ ਬਹੁਤ ਖੇਡਦਾ ਹਰਮਨ ਧੂਰੀ, ਪਰ ਅੱਜ ਦੇ ਟੂਰਨਾਮੈਂਟ ਦੇ ਵਿੱਚ ਕੀ ਕੁਝ ਵੱਖਰਾ ਵੇਖਣ ਨੂੰ ਮਿਲਿਆ? ਦੇਖੋ ਮੇਨ ਚੀਜ਼ ਤਾਂ ਇਹੀ ਹੁੰਦੀ ਹੈ ਕਿ ਯਾਰ ਕਿਸੇ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਹੈਗਾ, ਉਹ ਚੀਜ਼ ਇੱਥੇ ਬਿਲਕੁਲ ਸਹੀ ਚੱਲ ਰਹੀ ਹੈ, ਕੋਈ ਕਿਸੇ ਦਾ ਪੱਖਪਾਤ ਨਹੀਂ ਜਿਹਦਾ ਜੀ, ਕਿਉਂਕਿ ਲਿਹਾਜ਼ ਬਹੁਤ ਸਾਰੀਆਂ ਟੀਮਾਂ ਨਾਲ ਇਹਨਾਂ ਦੀ, ਤੇ ਚਾਹੁਣ ਵੀ ਕਿਸੇ ਨੂੰ ਵੀ ਅੱਗੇ ਲੈ ਕੇ ਜਾਣ, ਤਾਂ ਉਹ ਚੀਜ਼ਾਂ ਟੂਰਨਾਮੈਂਟ 'ਚ ਹੇਰਾਫੇਰੀਆਂ ਹੁੰਦੀਆਂ ਨੇ, ਉਹ ਚੀਜ਼ ਨਹੀਂ ਹੈਗੀ ਇੱਥੇ ਮੇਨ ਚੀਜ਼ ਹੈ ਜਿਹੜੀ। ਦੂਜੀ ਚੀਜ਼ ਹਰੇਕ ਨੂੰ ਜਿਹੜਾ ਇੱਕ ਸਮਾਨ ਸਮਝਿਆ ਜਾ ਰਿਹਾ, ਕੋਈ ਲਿਹਾਜ਼ੀਆਂ ਦੇ ਪੈਸੇ ਨਹੀਂ ਲਾਏ ਜਾ ਰਹੇ, ਨੋਰਮਲ ਪਲੇਅਰ ਆ, ਸਟਾਰ ਪਲੇਅਰ ਆ, ਸਾਰਿਆਂ ਨੂੰ ਇੱਕ ਸਮਾਨ ਸਮਝਿਆ ਜਾ ਰਿਹਾ। ਠੀਕ ਹੈ, ਤੇ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਏ ਹੋ, ਲੋਕਾਂ ਦਾ ਇਕੱਠ ਬਹੁਤ ਜ਼ਿਆਦਾ, ਪ੍ਰੈਸ਼ਰ ਬਹੁਤ ਜ਼ਿਆਦਾ ਅੱਜ ਦੇ ਟੂਰਨਾਮੈਂਟ ਦਾ ਹੈ ਕਿ ਨਹੀਂ? ਨਹੀਂ, ਪ੍ਰੈਸ਼ਰ ਹੈ ਜੀ, ਐਸਕੇ ਰੋਬਿਨ ਟ੍ਰੋਫੀ ਇੰਨੇ ਸਾਲ ਹੋ ਗਏ ਖੇਡਦੇ ਨੂੰ, ਮਿੰਦਾ ਚਲੋ ਇਹ ਚੀਜ਼ ਹੈ ਕਿ ਇਹ ਚੀਜ਼ ਨਹੀਂ, ਜਦੋਂ ਲੋਕ ਪ੍ਰੈਸ਼ਰ ਬਣਾਉਂਦੇ ਆ ਵੀ ਤੁਸੀਂ ਜਿੱਤਣਾ, ਤੁਹਾਨੂੰ ਦੇਖਣ ਆਏ ਆ, ਉਦੋਂ ਕਿੰਨਾ ਬਾਰਡਰ ਰਹਿੰਦਾ ਚੀਜ਼ ਤੋਂ ਨਿਕਲ ਚੁੱਕਿਆ ਹੁੰਦਾ, ਜਿਹੜੇ ਯੰਗ ਪਲੇਅਰ ਨੇ ਉਹਨਾਂ ਤੇ ਸ਼ਾਇਦ ਜ਼ਿਆਦਾ ਹੋਵੇ ਪ੍ਰੈਸ਼ਰ। ਤੇ ਪ੍ਰੈਸ਼ਰ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਕਿਸੇ ਦਾ, ਫ੍ਰੀ ਮਾਈਂਡ ਖੇਡਾਂਗੇ। ਠੀਕ ਹੈ, ਧੁੰਨਾ ਲੁਧਿਆਣਾ ਬਾਰੇ ਕੀ ਕਹਿਣਾ ਚਾਹੋਗੇ? ਇਹ ਕੁਐਸਚਨ ਤੁਸੀਂ ਪੁੱਛਣਾ ਹੀ ਹੁੰਦਾ। ਨਹੀਂ, ਧੁੰਨਾ ਚ ਕੀ ਸੋਚ ਰਿਹਾ ਸੀਰੀਜ਼ ਬਾਰੇ, ਬੈਸਟ ਨਿਕਲਣ ਬਾਰੇ? ਦੇਖੋ ਜੀ ਪਿਆਰ ਸਤਿਕਾਰ ਇੱਕ ਸੀਨੀਅਰ ਖਿਡਾਰੀ ਦੀ ਕਿੰਨੀ ਇੱਜ਼ਤ ਕਰੀ ਕੀਤੀ ਜਾ ਰਹੀ ਆ, ਸੋ ਬਹੁਤ ਵੱਡੀ ਗੱਲ ਆ। ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ, ਰਾਜਾ ਹੀਰਾ ਮੇਰੇ ਵੀਡੀਓ ਕਹਿੰਦੇ ਤਲਵਿੰਦਰ ਅੱਜ ਹਾਰ ਕੇ ਖੁਸ਼ ਆ। ਨਿੱਕਾ ਬਰਾੜ ਜੀ, ਬਰਾੜ ਸਾਹਿਬ ਢਿੱਲਾ ਲੈ ਗਏ ਮੈਚ, ਹਨਾ ਢਿੱਲਾ ਲੈ ਗਏ, ਕਿੰਨਾ ਕੁ ਦੁੱਖ ਹੋ ਰਿਹਾ? ਅਸਲ ਚ ਲੋਕ ਬਹੁਤ ਦੇਖਣ ਆਏ ਸੀ। ਚਲੋ ਕੋਈ ਗੱਲ ਨੀ, ਟੂਰਨਾਮੈਂਟ ਕਿੱਦਾਂ? ਬਾਲਾ ਘੰਟਾ ਬਸ ਠੀਕ ਆ। ਸੋ ਇਧਰਲੇ ਪਾਸੇ ਆਸ਼ੂ ਨੂੰ ਪਿਆਰ ਕਰਨ ਵਾਲੇ ਭਰਾ ਪਹੁੰਚੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਕਿਆ ਬਾਤ। ਸੋ ਆਸ਼ੂ ਕੋਠੇ ਪਾਉਂਦੇ, ਆਸ਼ੂ ਭਾਅ ਜੀ ਕਿਵੇਂ ਹੋ ਜੀ? ਕਹਿਮ ਹੋ ਜੀ, ਕਿਵੇਂ ਲੱਗ ਰਿਹਾ ਟੂਰਨਾਮੈਂਟ? ਪੂਰਾ ਵਧੀਆ, ਕੋਈ ਕਮੀ ਪੇਸ਼ੀ? ਤੇ ਆਸ਼ੂ ਭਾਈ ਲੰਬੇ ਸਮੇਂ ਬਾਅਦ ਵਾਪਸੀ ਕਰ ਗਿਆ, ਤੇ ਆਸ਼ੂ ਹੁਣ ਰੈਗੂਲਰ ਖੇਡੋਗੇ ਕਿ ਨਹੀਂ ਖੇਡੋਗੇ? ਪੱਕੀ ਗੱਲ ਆ, ਬਸ ਠੀਕ ਆ। ਕਿੰਨਾ ਕੁ ਪਿਆਰ ਮਿਲਿਆ ਲੋਕਾਂ ਵੱਲੋਂ? ਜਿਹੜਾ ਮਿਲ ਬਹੁਤ ਮਿਲ ਰਿਹਾ। ਸੋ ਕੋਠੇ ਪੁੰਨੇ ਦਾ ਆਸ਼ੂ ਵੀ ਪਹੁੰਚਿਆ ਇੱਥੇ ਖੇਡ ਮੇਲੇ ਦੇ ਉੱਪਰ, ਸਵਾਦ
ਸਾਡੇ ਨਾਲ ਕਾਲਾ ਭਾਈ ਰੂਪਾ ਜੀ ਕਾਲੇ ਭਾਈ ਕਿਵੇਂ ਹੋ ਜੀ ਵਧੀਆ ਵੀਰੇ ਵਧੀਆ ਕਿਵੇਂ ਲੱਗ ਰਿਹਾ ਟੂਰਨਾਮੈਂਟ ਅੱਜ ਦਾ ਹੈ ਟੂਰਨਾਮੈਂਟ ਕਿੱਦਾਂ ਲੱਗ ਰਿਹਾ ਪੂਰਾ ਘੈਂਟ ਟੂਰਨਾਮੈਂਟ ਪੂਰਾ ਵਧੀਆ ਵੀਰੇ ਪ੍ਰਵਾਨ ਦਾ ਹਰੇਕ ਪਲੇਅਰ ਦੇ ਪੈਸੇ ਕਾਲੇ ਜਿੱਤ ਦੇ ਕੋਲ ਜਾ ਕੇ ਹਾਰ ਗਏ ਕਿੰਨਾ ਕੁ ਦੁੱਖ ਲੱਗ ਰਿਹਾ ਉਹ ਚੰਗਾ ਖੇਡ ਗਏ ਸੀ ਮਾੜਾ ਕਰ ਖੇਡ ਗਏ ਬਈ ਯਾਰ ਪਹਿਲਾਂ ਮੈਂ ਸਾਡਾ ਸੀਗਾ ਬਾਅਦ ਚੋਂ ਚੰਗੀਆਂ ਬਾਲਾਂ ਪਾਤੀਆਂ ਆਊਟ ਹੋ ਗਏ ਕਿੱਥੇ ਕੁ ਕਮੀ ਰਹੀ ਆ ਮੈਚ ਚ ਤੇ ਕਮੀ ਰਹੀ ਆ ਬਈ ਤਲਵਿੰਦਰ ਨੌਂ ਟਰੈਕ ਜਾ ਹਾਰਿਆ ਇਸੇ ਕਾਰਨ ਤਲਵਿੰਦਰ ਆਊਟ ਹੋ ਗਿਆ ਸਾਰੇ ਨੇ ਜ਼ੋਰ ਲਾਇਆ ਬਾਈ ਤਾਂ ਰਿਕਾਰਡ ਟੁੱਟਿਆ ਨਾ ਮੇਲਾ ਵਧੀਆ ਕੋਈ ਸ਼ਬਦ ਹੀ ਨਹੀਂ ਬਾਈ ਯਾਰ ਆਹਾਂ ਵਾਹ ਠੀਕ ਆ ਕਾਸਕੋ ਮੇਰੀ ਜਿੰਦ ਦੇ ਜਰੀਏ ਭਰਾਵਾਂ ਨੇ ਰਿਕਾਰਡ ਤੋੜਦੇ 8100 ਬੰਦਾ ਨਾਲ ਜੋੜਿਆ ਸੋ ਮੁਬਾਰਕਾਂ ਭਰਾਵਾਂ ਨੂੰ ਸਾਰੀ ਟੀਮ ਨੂੰ ਮੁਬਾਰਕ ਧੰਨਵਾਦ ਅੱਜ ਦੇ ਟੂਰਨਾਮੈਂਟ ਦੇ ਉੱਪਰ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਟੀਮਾਂ ਦੇ ਖਿਡਾਰੀਆਂ ਦਾ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਔਰ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਵੱਡਾ ਧੰਨਵਾਦ ਕਰਦੇ ਹਾਂ ਕਿ ਇਹਨੇ ਵੀਰੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਸਾਂਝੀ ਕਰਨ ਤੋਂ ਬਾਅਦ ਉਧਰ ਝਾੜੂ ਵਾਲੇ ਵੀਰਾਂ ਨੂੰ ਬੇਨਤੀ ਹੈ ਵਿੱਚ ਦੇ ਝਾੜੂ ਮਾਰ ਦਿਓ ਥੋੜਾ ਜਿਹਾ ਲਓ ਜੀ ਇਧਰਲੇ ਪਾਸੇ 11000 ਰੁਪਏ ਦਾ ਜਿਹੜਾ ਦਿੱਤਾ ਜਾ ਰਿਹਾ ਇਹਦੇ ਟੂਰਨਾਮੈਂਟ ਦੇ ਉੱਪਰ ਲਓ ਜੀ ਬਹੁਤ ਸਾਰੀਆਂ ਮੁਬਾਰਕਾਂ ਨੇ ਭਾਜੀ ਮੁਬਾਰਕਾਂ ਬਹੁਤ ਸਾਰੀਆਂ ਤੇ ਦੂਜੇ ਪਾਸੇ ਵੀਰੇ ਆਉਂਦੇ ਰਹੇ ਨੇ ਤੁਸੀਂ ਤਾਂ ਮੈਨੂੰ ਪਤਾ ਤੇ ਸੋ ਮੇਲਾ ਟੌਪ ਦਾ ਚੱਲਦਾ ਜੀ ਸਾਡੇ ਮੁੱਖ ਮਹਿਮਾਨ ਆਏ ਤੇ ਟੂਰਨਾਮੈਂਟ ਦੇ ਉੱਪਰ ਕਿਵੇਂ ਦਾ ਟੂਰਨਾਮੈਂਟ ਹੈਗਾ ਪਹਿਲਾਂ ਵੀ ਆਏ ਜਾਂ ਪਹਿਲੀ ਵਾਰ ਆਏ ਇਸ ਟੂਰਨਾਮੈਂਟ 'ਚ ਇਸ ਟੂਰਨਾਮੈਂਟ ਨੂੰ ਪਹਿਲੀ ਵਾਰ ਆਏ ਪੰਜਾਬ 'ਚ ਹੋਰ ਵੀ ਟੂਰਨਾਮੈਂਟ ਕਿਤੇ ਹਰਿਆਣੇ 'ਚ ਵੀ ਖੇਡੇ ਆ ਕਿਵੇਂ ਦਾ ਲੱਗਾ ਟੂਰਨਾਮੈਂਟ ਕੀ ਫਰਕ ਲੱਗਿਆ ਬਾਕੀਆਂ ਹੋਰ ਬਹੁਤ ਵਧੀਆ ਟੂਰਨਾਮੈਂਟ ਇੱਕ ਮੇਨ ਚੀਜ਼ ਮੈਨੂੰ ਜਿਹੜੀ ਲੱਗਦੀ ਆ ਆਪਾਂ ਵੱਡੀਆਂ ਵੱਡੀਆਂ ਸੀਰੀਆਂ ਲੱਗਦੇ ਆ ਇੱਥੇ ਸਭ ਦੇ ਪੈਸਾ ਬਰਾਬਰ ਲੱਗ ਰਿਹਾ ਉਹ ਤੋਂ ਵੱਧ ਲਾ ਰਹੇ ਆ ਉਹ ਕਿਵੇਂ ਸਿਸਟਮ ਲੱਗਾ ਵੀਰਾਂ ਦਾ ਕਿਉਂਕਿ ਸੀਰੀ ਜੇਕਰ ਘਰੇ ਜਾਣੀ ਹੈ ਇੱਥੇ ਹਰ ਦੀ ਜੇਬ 'ਚ ਪੈਸਾ ਪੈ ਰਿਹਾ ਉਹ ਕਿਵੇਂ ਲੱਗਾ ਆਪਾਂ ਨੂੰ ਪਹਿਲਾਂ ਕਦੇ ਦੇਖਿਆ ਜਾਂ ਪਹਿਲੀ ਵਾਰ ਦੇਖਿਆ ਕੋਈ ਕੱਲ੍ਹ ਪਰਸੋਂ ਦੀ ਗੱਲ ਹੈ ਮੈਂ ਕਮੈਂਟ ਦੇਖ ਰਿਹਾ ਕਹਿੰਦੇ ਵੀ ਹਰਿਆਣੇ ਵਾਲੇ ਪੈਸੇ ਨਹੀਂ ਲੱਗੇ ਤੁਸੀਂ ਦੱਸੋ ਦਰੋਦੇ ਵਾਲੇ ਤੁਹਾਡੇ ਤੇ ਹਜੇ ਤੱਕ ਇੱਥੇ ਰੁਪਈਆ ਲੱਗਾ ਕਿ ਨਹੀਂ ਲੱਗਾ ਲਓ ਜੀ ਸਾਡੇ ਦਰਮਿਆਨ ਦੁਨੀਆ ਦਾ ਮਹਾਨ ਖਿਡਾਰੀ ਪ੍ਰਵੀਨ ਰੈਂਥਲ ਭਾਜੀ ਕਿੱਦਾਂ ਜੀ ਕਿਵੇਂ ਲੱਗ ਰਿਹਾ ਟੂਰਨਾਮੈਂਟ ਅੱਜ ਦਾ ਬਹੁਤ ਵਧੀਆ ਟੂਰਨਾਮੈਂਟ ਕਰਾ ਪਾਈ ਇਹਨੇ ਸਾਰਾ ਤੇ ਹਰੇਕ ਪਲੇਅਰ ਦੇ ਪੈਸੇ ਲਾਉਂਦੇ ਨੇ ਸਾਰਾ ਕੁਝ ਐਨ ਵਧੀਆ ਗਰਾਊਂਡ ਆ ਪ੍ਰਵੀਨ ਅੱਜ ਕਿੰਨੀ ਕੁ ਜ਼ਿਆਦਾ ਫੀਲਿੰਗ ਹੈ ਕਿੰਨਾ ਕੁ ਜ਼ਿਆਦਾ ਜੋਸ਼ ਆ ਵੀ ਅੱਜ ਤਾਂ ਕੁਝ ਕਰਕੇ ਦਿਖਾਉਣ ਵਾਲਾ ਮੇਲਾ ਬਈ ਬਹੁਤ ਵਧੀਆ ਟੂਰਨਾਮੈਂਟ ਆ ਵੀ ਇੱਥੇ ਇਹੋ ਜਿਹਾ ਮੇਲਾ ਪਹਿਲੇ ਵੀ ਹੁੰਦਾ ਸੀ ਇੱਥੇ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਹੁਣ ਟੱਕਰ ਕਾਫੀ ਟਫ ਕਰਨ ਵਾਲੇ ਹੋ ਨਹੀਂ ਖੇਡਣਗੇ ਤੇ ਰਣਨੀਤੀ ਕੀ ਹੋਊਗੀ ਬੋਲਿੰਗ ਦੇ ਵਿੱਚ ਤੁਹਾਡੀ ਘੱਟ ਤੋਂ ਘੱਟ ਠੀਕ ਹੈ ਇਹਨਾਂ ਨੂੰ ਆਊਟ ਕਰਨ ਜਾਓਗੇ ਕਿ ਡਾਊਟ ਕਰਾਓਗੇ ਚਾਹੀਦੇ ਵੇਟ ਕਰਕੇ ਜੀਤ ਮਿਲੂਗੀ ਠੀਕ ਹੈ ਠੀਕ ਹੈ ਹੋਰ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲ ਰਿਹਾ ਲੋਕਾਂ ਵੱਲੋਂ ਬਹੁਤ ਪਿਆਰ ਮਿਲਦਾ ਇੱਥੇ ਪੰਜਾਬ 'ਚ ਰਹਿ ਕੇ ਹੋਰ ਵਧੀਆ ਮੈਂ ਪੂਰਾ ਸਵਾਦ ਆਉਂਦਾ ਖੇਡ ਕੇ ਲਓ ਜੀ ਆਲ ਦਾ ਬੈਸਟ ਵੀਰੇ ਤੁਸੀਂ ਹਰ ਇੱਕ ਸਟੇਟ ਦੇ ਵਿੱਚ ਖੇਡਦੇ ਹੋ ਪਰ ਪੰਜਾਬ ਦੇ ਵਿੱਚ ਖੇਡ ਕੇ ਕੀ ਕੁਝ ਡਿਫਰੈਂਟ ਆ ਤੇ ਕਰਨ ਕਾਫੀ ਲੰਬਾ ਟਾਰਗੇਟ ਆ ਕੀ ਸੋਚ ਕੇ ਖੇਡੋਗੇ ਹੁਣ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲ ਰਿਹਾ ਠੀਕ ਹੈ ਜੀ ਆਲ ਦਾ ਬੈਸਟ ਇਹ ਆ ਕਰਨ ਵਾਲਾ ਟੱਕਰ ਮੇਲਾ ਸਵੇਰੇ ਦੀ ਇਧਰਲੇ ਪਾਸੇ ਪ੍ਰਵੀਨ ਰੈਂਥਲ ਲਓ ਜੀ ਵਾਰਨਰ ਚਾਣੇ ਵਾਲਾ ਭਰਾ ਸਾਡਾ ਵਾਰਨਰ ਭਾਜੀ ਕਿੱਦਾਂ ਜੀ ਕਿਵੇਂ ਲੱਗ ਰਿਹਾ ਟੂਰਨਾਮੈਂਟ ਕਦੇ ਵੀ ਨਹੀਂ ਦੇਖਿਆ ਲੋਕਾਂ ਵੱਲੋਂ ਕਿੰਨਾ ਕੁ ਟੀਮ ਮਿਲ ਰਿਹਾ ਪਿਆਰ ਮਿਲ ਰਿਹਾ ਤੁਹਾਡੀ ਕਿਸੇ ਗੱਲ ਦੀ ਕੋਈ ਕਮੀ 1% ਠੀਕ ਹੈ ਜੀ ਆਲ ਦਾ ਬੈਸਟ ਖੇਡੋ ਜੀ
ਮੇਲਾ ਚੱਲ ਰਿਹਾ ਲਓ ਜੀ ਤੁੰਨਾ ਲੁਧਿਆਣੇ ਵਾਲਾ ਭਾਜੀ ਕਿਵੇਂ ਹੋ ਜੀ ਕਿਵੇਂ ਲੱਗ ਰਿਹਾ ਖੇਡ ਮੇਲਾ छक्का है ओ मेरे रब्बा छक्के ते छक्का ठोके लै भी तुन्ने ਜੇ ਕਰਨ ਵਾਲਾ ਪੂਰਾ ਮੈਚ ਖੇਡਦਾ ਤੇ ਮੈਂ ਕਹਿੰਦਾ ਵੀ ਇਹਨੇ ਇਕੱਲੇ ਜਿੱਤੇ ਹੋਗੇ ਤੇ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਇੰਨਾ ਵਧੀਆ ਮਾਹੌਲ ਆ ਵਧੀਆ ਮਾਹੌਲ ਆ ਜੀ ਨਜ਼ਾਰਾ ਬੰਨਿਆ ਪਿਆ ਤੇ ਅੱਜ ਧੁੰਨਿਆ ਥੋੜਾ ਪ੍ਰੈਸ਼ਰ ਤੇ ਸੀ ਜਦੋਂ ਬੈਟਿੰਗ ਤੇ ਆਇਆ ਸੀ ਲੰਬਾ ਮੈਚ ਆ ਜੀ ਤੁਹਾਨੂੰ ਪਤਾ ਇੱਧਰ ਉੱਧਰ ਹੁੰਦਾ ਹੀ ਆ ਠੀਕ ਹੈ ਠੀਕ ਹੈ ਇਹ ਆ ਧੁੰਨਾ ਲੁਧਿਆਣੇ ਵਾਲਾ ਸੋ ਮੇਲਾ ਇੱਕ ਵਾਰੀ ਫੇਰ ਅੰਬਾਲੇ ਵਾਲਾ ਕਰ काफी लंबा टारगेट आ बहुत बड़ा मैच आ ਤੇ ਕਿਦਾਂ ਦਾ ਪ੍ਰੈਸ਼ਰ ਰਿਲੀਜ਼ ਹੋ ਰਿਹਾ ਵੀਰੇ ਅਸੀਂ ਮਜ਼ੇ ਨਾਲ ਬੈਟਿੰਗ ਕਰਨੀ ਆ ਹਾਂ ਕੋਈ ਪ੍ਰੈਸ਼ਰ ਨਹੀਂ ਮਜ਼ਾ ਲੈਣਾ ਕ੍ਰਿਕਟ ਦਾ ਮਜ਼ਾ ਲੈਣਾ ਟੂਰਨਾਮੈਂਟ ਦਾ ਮਜ਼ਾ ਲੈਣਾ ਹਾਂ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ ਨੋ ਵਰਡਸ ਠੀਕ ਹੈ ਪੰਜਾਬ ਦਾ ਵਰਲਡ ਕੱਪ ਬਣ ਗਿਆ ਭਾਈ ਹਾਂ ਤੇ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲ ਰਿਹਾ ਜੀਵੇ ਭਾਈ ਲੋਕਾਂ ਵੱਲੋਂ ਵੀਰੇ ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰ ਕਰਦੇ ਆ ਲੋਕੀ ਹਨਾ ਬੜੇ ਦੂਰ ਦੂਰ ਸਪੈਸ਼ਲ ਟੂਰਨਾਮੈਂਟ ਦਾ ਬਠਿੰਡਾ ਮੋਗਾ ਬਹੁਤ ਦੂਰ ਦੂਰ ਲੋਕ ਦੇਖਣ ਆਇਆ ਇੰਨੇ ਕਰਾਊਡ 'ਚ ਖੇਡ ਕੇ ਕਿੰਨਾ ਕੁ ਵਧੀਆ ਫੀਲ ਹੁੰਦਾ ਨਸ਼ਾ ਹੀ ਲੋਕਾਂ ਦਾ ਹੁੰਦਾ ਪਲੇਅਰਾਂ ਨੂੰ ਹਾਂ ਇਹ ਗੱਲ ਪੱਕੀ ਹੈ ਇੱਕ ਪਲੇਅਰ ਨੂੰ ਨਸ਼ਾ ਨਹੀਂ ਹੋਊਗਾ ਲੋਕਾਂ ਦਾ ਖੇਲੇ ਨਹੀਂ ਹੁੰਦਾ ਹਾਂ ਇਹ ਗੱਲ ਪੱਕੀ ਹੈ ਠੀਕ ਹੈ ਬਾਜੀ ਆਲ ਦਾ ਬੈਸਟ ਓਕੇ ਮਿਲਦੇ ਹਾਂ ਬਾਕੀ ਬੜਾ ਭਾਈ ਬਣਿਆ ਬੜਾ ਹੈਗਾ ਅੱਖਾਂ 'ਚ ਪਾਣੀ ਕਦੋਂ ਆ ਗਿਆ ਤਾਰੀ ਮਾਰੇ ਜੋਰ ਨਾਲ ਫੈਸਲੇ ਹੋ ਗਿਆ ਬਰਗ ਨੂੰ ਨਹੀਂ ਤਾਂ ਉਹ ਸਕੋਰ ਪੁੱਛਣਾ ਕਹੀਂ ਦੱਸੀ ਸਕਦ ਨੂੰ ਵੱਡੇ ਮਾਸ ਨਾਲ ਜਾ ਸਕਦਾ ਇੱਥੇ ਸੁਤਾ ਜਾਗ ਲੈ ਇਹਦੀ ਵੀ ਫੁੱਲ ਚੜਾਈ ਹੈ ਤੇ ਨਾਲ ਯੋਗਾ ਬੈਠਾ ਹਥੋਏ ਵਾਲਾ ਕੁੰਡੀਆਂ ਮੁੱਛਾਂ ਦਾ ਸ਼ਕੀਰ ਹੈ ਲਾ ਸਾਹਮਣੇ ਮੇਰੇ ਵੀਰੋ ਸਵਾਦ ਵਜਾ ਹੈ ਅੱਜ ਦੇ ਪੱਡੇ ਕੱਪ ਦਾ ਲਾ ਬਿਜਲੀ ਉਹ ਬਠਿੰਡੇ ਦੀ ਧਰਤੀ ਦਾ ਇੱਕ ਸਕੋਰ ਜਿਹੜਾ ਜੋਰ ਦਿੱਤਾ ਉਹ ਸਕੋਰ ਮਾਰੀ ਸਿਆ ਛੱਕਾ ਉਹਨੂੰ ਮਾਰਿਆ ਸੀ ਜਿਹਨੇ 11000 ਦੀ ਹੈਟ੍ਰਿਕ ਆ ਪਰ 118 ਬਣ ਗਏ ਹੈ ਲਓ ਜੀ ਇਧਰ ਰਹਿਮਾਨ ਨੇ 136 18 ਰਹਿ ਗਏ ਲਓ ਸਾਹਮਣੇ ਬਾਲ ਪਾ ਜਾ ਰਿਹਾ ਹੈ ਛੱਕਾ ਮਾਰਿਆ ਪਹਿਲੀ ਵਾਰ ਬਿਜਲੀ ਵੇਖ ਕੇ ਧੂਰੀ ਵਾਲਾ ਆਏ ਹਾਏ 500 ਦਾ ਕੈਸ਼ ਛੜਤਾ ਵੀਰ ਮੇਰਿਆ 500 ਪੱਕਾ ਹੈ ਜਿਹੜਾ ਬਾਉਂਡਰੀ ਤੋਂ ਬਾਹਰ ਕੈਚ ਫੜੂਗਾ ਨਾ ਹਾਂ ਬਾਦੇ ਛੱਕਾ ਦੇ ਫਿਗੜੇ ਕਮ ਗ੍ਰੈਂਡ ਰੁਪਈਆ 1100 ਦੇ ਖਤਰੇ ਵੀਰੋ ਉਧਰ 11-12000 ਦਿੱਤਾ ਜਾ ਰਿਹਾ ਹੈ ਉਧਰ ਏਕਮ ਇੰਗਲੈਂਡ ਵੱਲੋਂ ਰੁਪਈਆ 1100 ਆ ਬਾਦੇ ਛੱਕਾ ਦੇ ਫਿਗੜੇ ਵੱਡੇ ਮਾਲ ਹੈ ਪਰ ਸਾਹਮਣੇ ਸੋਹਣੀ ਬਾਲ ਸੋਹਣਾ ਸ਼ਰਨ ਵੀ ਪਾਊ 11 ਸਕੋਰ ਬਾਕੀ ਹੈ ਬਾਲਾ 10 ਹੈ ਬੋਲਿੰਗ ਤੇ ਸ਼ਕਤੀ ਹੈ ਤੇ ਸ਼ਕਤੀ ਕੰਦਰ ਮਾਰਿਆ ਆ ਬਾਦੇ ਫਟੇਵਾਲ ਬਿਜਲੀ ਪੁੱਠੰਡਾ ਔਰ ਸੂਲ ਮਾਰ ਚਲੇਗੀ ਫਾਈਨਲ ਤੋਂ ਜਿੱਤ ਗਏ ਮੁੰਡੇ ਜੋਰ ਨਾਲ ਮਾਰੋ ਹਵਾ ਔਰ ਬਿਜਲੀ ਪੁੱਠੰਡਾ 1100 ਲਓ ਜੀ ਜਿੱਤ ਗਏ ਰਸੂਲਪੁਰ ਵਾਲੇ ਮੁੰਡੇ ਫਾਈਨਲ ਦੇ ਵਿੱਚ ਪਹੁੰਚ ਗਏ ਮੁਬਾਰਕਾਂ ਭਰਾਵਾਂ ਨੂੰ ਸਾਲ ਇੱਕ ਸਾਲ ਲਈ ਦੂਜੇ ਸਾਲ ਫਾਈਨਲ ਤੇ ਚਲੀ ਗਈ ਹੈ ਪਿਛਲੇ ਸਾਲ ਦੀ ਵੱਡੀਆਂ ਟੀਮਾਂ ਨੇ ਲਓ ਜੀ ਰਸੂਲਪੁਰ ਵਾਲੇ ਮੁੰਡੇ ਪਹੁੰਚ ਗਿਆ ਫਾਈਨਲ ਮੁਬਾਰਕਾਂ ਜੀ ਫਾਈਨਲ ਦੇ ਵਿੱਚ ਰਸੂਲਪੁਰ ਦੀ ਟੀਮ ਪ੍ਰਵੇਸ਼ ਕਰ ਗਈ ਮੇਲੀ ਭਾਜੀ ਕਿਵੇਂ ਲੱਗਿਆ ਮੇਲਾ ਪੂਰਾ ਵਧੀਆ ਕਮੀ ਪੇਸ਼ੀ ਕੋਈ ਹੈ ਠੀਕ ਹੈ ਇਹਦੀ ਵੀ ਦੁਨੀਆ ਦਵਾਨੀ ਹੈ ਪਰ ਬਹੁਤ ਸੋਹਣੀ ਉਚਾਰਾ ਨੇ ਵੀ ਖੇਡ ਦਿਖਾਈ ਛੋਟੇ ਬੱਚੋ ਮਾਰ ਹੋ ਜਾ ਅਜੇ ਮੈਚ ਪਏ ਆ ਉਧਰ ਸਾਡਾ ਯਾਰਾਂ ਦਾ ਯਾਰ ਦੇ ਛੋਟਾ ਭਰਾ ਮਿਲਾ ਫਿਲਾ ਇਹਦੇ ਨਾਲ ਵੀ ਅੱਜ ਦਾ ਨਹੀਂ ਕਾਫੀ ਟਾਈਮ ਦਾ ਪਿਆਰ ਹੈ ਸਿਰਾ ਇਨਸਾਨ ਮੈਂ ਵੀ ਕਾਕੇ
ਕਿੰਨੀ ਖੁਸ਼ੀ ਆ ਫਾਈਨਲ 'ਚ ਦੁਬਾਰਾ ਅਗੇਨ ਪਹੁੰਚ ਗਏ ਇੱਕ ਵਾਰੀ ਫਿਰ ਬਹੁਤ ਖੁਸ਼ੀ ਆ ਬਾਕੀ ਵਾਅਦਾ ਕਰਿਆ ਸੀ ਤੇਰੇ ਨਾਲ ਹਾਂ ਉਹ ਤੂੰ ਪੂਰਾ ਕਰਤਾ ਭਾਈ ਨੇ ਪਹਿਲਾਂ ਹੀ ਕਿਹਾ ਸੀ ਜੀ ਫਾਈਨਲ ਖੇਡਾਂ ਪਿਛਲੀ ਵਾਰ ਵੀ ਕਿਹਾ ਸੀ ਆਹ ਸਾਲ ਵੀ ਕਿਹਾ ਸੀ ਪਰ ਬਹੁਤ ਜ਼ੋਰ ਲਾ ਕੇ ਖੇਡੇ ਹੋ ਤੁਸੀਂ ਕਰਨ ਵਾਲੇ ਬਾਰੇ ਕੀ ਕਹੋਗੇ ਜੀਵਾ ਰੱਖੜਾ ਕੀ ਕਰੀ ਕਹਿ ਕੇ ਉਹਨੇ ਓਪਨਿੰਗ ਮੰਗੀ ਮੁੱਲ ਤਾਰਿਆ ਸਾਡੀ ਟੀਮ ਦਾ ਕਪਤਾਨ ਆ ਜੀ ਉਹ ਤੇ ਜੀਵਾ ਅੱਛਾ ਜੀ ਆਹੀ ਕਰਦੇ ਓਵਰ ਉਹਨਾਂ ਨੇ ਆਪ ਪਾਉਣੇ ਆ ਕਿੰਨੇ ਦਾ ਛੱਕਾ ਮਾਰਿਆ ਤੁਸੀਂ ਅੱਜ 12,000 ਦਾ ਠੀਕ ਹੈ ਖੁਸ਼ੀ ਆ ਸਿਰਾ ਲੱਗਿਆ ਪਿਆ ਹੈ ਦੀਵਾਲੀ ਅੱਜ ਤੇਰੀ ਬੀ ਰੈਡੀ ਮੈਚ ਡੈਨੀ ਹੁਣੀ ਆ ਚੁੱਕੇ ਆ ਭਾਜੀ ਲਾਇਓ ਜ਼ੋਰ ਠੀਕ ਆ ਲਾਓਗੇ ਜ਼ੋਰ ਹਾਂ ਬਿਲਕੁਲ ਭਾਈ ਹਾਂ ਮੇਲਾ ਟੌਪ ਦਾ ਅਮਿਤ ਕਾਨਾ ਖੇੜਾ ਲਓ ਜੀ ਲਓ ਲਾਈਨ ਅਪ ਟੀਮਾਂ ਦੇ ਖਿਡਾਰੀ ਹੋ ਜਾਓ ਬਹੁਤ ਘੈਂਟ ਵਲੌਗ ਆ ਗਰਮੀ ਬਹੁਤ ਆ ਹਾਂ ਧੰਨਵਾਦ ਸਾਰੇ ਵੀਰਾਂ ਦਾ ਜੀ ਜਿਉਂਦੇ ਵਸਦੇ ਰਹੋ ਹਾਂਜੀ ਰੂਬਲ ਵੀਰੇ ਕਿਵੇਂ ਹੋ ਜੀ ਕੀ ਕਹਿਣਾ ਚਾਹੋਗੇ ਸਾਰੇ ਲੋਕਾਂ ਬਾਰੇ ਧੰਨਵਾਦ ਹੀ ਕਰਨਾ ਚਾਹਾਂਗੇ ਜੀ ਤੇ ਕਿੰਨਾ ਕੁ ਵਧੀਆ ਕਿੰਨੀ ਖੁਸ਼ੀ ਹੋਈ ਆ ਮੇਲਾ ਸਫਲ ਹੋ ਗਿਆ ਅੱਜ ਬਹੁਤ ਮਿਹਨਤ ਕੀਤੀ ਆ ਬਾਕੀ ਤੁਹਾਡੇ ਸਾਰੇ ਭਰਾਵਾਂ ਦਾ ਬਾਹਰ ਵਾਲਿਆਂ ਦਾ ਸਾਡਾ ਜਿੰਨੇ ਭਾਈ ਬਾਹਰ ਬੈਠੇ ਨੇ ਉਹਨਾਂ ਤੋਂ ਬਿਨਾਂ ਤਾਂ ਇੰਨੇ ਮਤਲਬ ਫਾਈਨੈਂਸ਼ਲੀ ਬੰਦਾ ਵੀਕ ਰਹਿੰਦਾ ਜਦੋਂ ਬਾਹਰਲੇ ਨਾਲ ਜੁੜ ਜਾਂਦੇ ਨੇ ਫਿਰ ਹੌਸਲਾ ਵੱਧ ਜਾਂਦਾ ਬਿਲਕੁਲ ਬਿਲਕੁਲ ਜੀ ਦਿਲੋਂ ਖੁਸ਼ੀ ਆ ਜੀ ਬਹੁਤ ਬਸ ਸਾਰੇ ਲੋਕਾਂ ਦਾ ਤੇ ਮੈਂ ਖਾਸ ਧੰਨਵਾਦ ਜਿੰਨੀਆਂ ਟੀਮਾਂ ਐਂਟਰ ਹੋਈਆਂ ਨੇ ਉਹਨਾਂ ਦਾ ਕਰਨਾ ਚਾਹੁੰਦਾ ਕਿਸੇ ਟੀਮ ਨੇ ਤੰਗ ਨਹੀਂ ਕਰਿਆ ਕੋਈ ਟੀਮ ਇੱਕ ਮਿੰਟ ਲੇਟ ਨਹੀਂ ਹੋਈ ਕੋਈ ਟੌਸ ਲਈ ਲੇਟ ਨਹੀਂ ਹੋਈ ਕੋਈ ਮੈਚ ਕਿਸੇ ਟਾਈਮ ਖਰਾਬ ਨਹੀਂ ਕਰਨਾ ਕਹਿੰਦੇ ਟੀਮਾਂ ਕਰਦੀਆਂ ਨੇ ਪਰ ਸਾਨੂੰ ਟੀਮਾਂ ਨੇ ਬਹੁਤ ਜ਼ਿਆਦਾ ਕੋਆਪਰੇਟ ਕਰਿਆ ਸਾਰੀਆਂ ਟੀਮਾਂ ਦਾ ਤੈਨੂੰ ਧੰਨਵਾਦ ਕਰਨਾ ਪੂਰਾ ਸਾਥ ਦਿੱਤਾ ਟੂਰਨਾਮੈਂਟ ਬਹੁਤ ਟੀਮਾਂ ਨੇ ਬਹੁਤ ਤੇ ਰੂਬਲ ਵੀਰੇ ਲੋਕ ਰੂਲਾਂ ਨੂੰ ਫੋਲੋ ਕਰਦੇ ਆ ਕਰਾਉਣੇ ਵਾਲਾ ਚਾਹੀਦਾ ਹਾਂ ਪਰ ਆ ਕਮੇਟੀ ਨੇ ਬਹੁਤ ਮਿਹਨਤ ਕੀਤੀ ਆ 5 ਵਜੇ ਭਰਾ ਆਪ ਗਰਾਊਂਡ ਚ ਆ ਜਾਂਦਾ ਸੀਗਾ ਕੋਈ ਪੈਨਲਟੀ ਨਹੀਂ ਲੱਗੀ ਇੱਕ ਮੈਚ ਲੱਗੀ ਸੀ ਉਹ ਵੀ ਚਲੋ ਕੋਈ ਪ੍ਰੋਬਲਮ ਹੋ ਗਈ ਸੀ ਬਾਕੀ ਟੀਮਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹਾਂ ਠੀਕ ਉਹ ਉਹਨਾਂ ਨੂੰ ਉਹਦੀ ਬੇਟੀ ਬਿਮਾਰ ਹੋ ਗਈ ਸੀ ਸਾਰੇ ਸਾਰੇ ਹਲਕਾ ਅਮਰਗੜ੍ਹ ਦੇ ਲੋਕਾਂ ਦਾ ਸਾਰੇ ਆਲੇ ਦੁਆਲੇ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਪੂਰਾ ਧੰਨਵਾਦ ਆ ਠੀਕ ਆ ਜੀ ਇਹ ਜੀ ਰੂਪਲ ਮੰਡੇਰ ਬਿਲਕੁਲ ਬਿਲਕੁਲ ਸੋ ਮੁਬਾਰਕਾਂ ਭਰਾ ਨੂੰ ਵਧੀਆ ਟੂਰਨਾਮੈਂਟ ਕਰਾ ਰਹੇ ਨੇ ਸਾਰੇ ਵੀਰ ਰਲ ਮਿਲ ਕੇ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਹੋਊਗੀ ਜੀ ਸਾਡੇ ਦਰਮਿਆਨ ਸਤੀਸ਼ ਕੈਂਥਲ ਭਾਜੀ ਕਿੱਦਾਂ ਜੀ ਕੈਸੇ ਲੱਗ ਰਿਹਾ ਟੂਰਨਾ ਵਧੀਆ ਲੱਗ ਰਿਹਾ ਸੈਮੀ ਫਾਈਨਲ ਮੈਚ ਆ 1,00,000 ਰੁਪਏ ਦਾ ਫਾਈਨਲ ਮੈਚ ਖੇਡਿਆ ਜਾਊਗਾ ਕਿੰਨਾ ਕੁ ਜ਼ੋਰ ਲਾਓਗੇ ਟੂਰਨਾਮੈਂਟ 'ਚ ਕੋਈ ਕਮੀ ਪੇਸ਼ੀ ਨਜ਼ਾਰਾ ਕਿੰਨਾ ਆ ਰਿਹਾ ਖੇਡ ਕੇ ਪੂਰਾ ਨਜ਼ਾਰਾ ਆ ਰਿਹਾ ਠੀਕ ਹੈ ਸੋ ਇੱਧਰਲੇ ਪਾਸੇ ਹੁੱਡਾ ਦਿੱਲੀ ਭਾਜੀ ਕਿੱਦਾਂ ਜੀ ਕਿਵੇਂ ਲੱਗਿਆ ਟੂਰਨਾਮੈਂਟ ਅੱਜ ਤੱਕ ਪੂਰਾ ਨਜ਼ਾਰਾ ਆ ਰਿਹਾ ਤੇ ਪੰਜਾਬ ਦੇ ਲੋਕਾਂ ਵੱਲੋਂ ਹੁੱਡੇ ਕਿੰਨਾ ਕੁ ਪਿਆਰ ਮਿਲ ਰਿਹਾ ਭਾਜੀ ਬਹੁਤ ਪਿਆਰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਬਹੁਤ ਹੀ ਜ਼ਿਆਦਾ ਹਾਂ ਤੇ ਪੈਸੇ ਲੱਗ ਰਹੇ ਪੂਰੇ ਭਾਜੀ ਜੀ ਫੁੱਲ ਪੈਸੇ ਲੱਗ ਰਹੇ ਆ ਕ੍ਰਿਕਟ ਕੀ ਜੀਤ ਹੋਈ ਆ ਪੰਜਾਬ ਕੇ ਲੋਕੋ ਕੇ ਬਾਰੇ ਮੈਂ ਕਿਆ ਬੋਲਣਾ ਚਾਹੋਗੇ ਭਾਈ ਹਰ ਜਗ੍ਹਾ ਟੂਰਨਾਮੈਂਟ ਖੇਲੇ ਜਾਂਦੇ ਆ ਹਰ ਸਟੇਟ ਮੇ ਲੇਕਿਨ ਪੰਜਾਬ ਜਿਤਨੀ ਸਪੋਰਟ ਨਹੀਂ ਮਿਲਦੀ ਪੰਜਾਬ ਨੂੰ ਕਿਆ ਸਪੋਰਟ ਕ੍ਰਿਕਟ ਹੋ ਜਾਂ ਕੋਈ ਵੀ ਗੇਮ ਹਰ ਗੇਮ ਕੋ ਸਪੋਰਟ ਕਰਦੇ ਆ ਰਾਸਤੇ ਮੈਂ ਤੇ ਗਾੜੀ ਰੋਕਦੇ ਆ ਪੁਲਿਸ ਵਾਲੇ ਵੀ ਸਰ ਖੇਲਣੇ ਜਾ ਰਹੇ ਕਹਿੰਦੇ ਜਾਓ ਫੁੱਲ ਸਪੋਰਟ ਦਿੱਤੀ ਠੀਕ ਹੈ ਜੀ ਇਹ ਆ ਜੀ ਹੁੱਡਾ ਦਿੱਲੀ ਵਾਲਾ ਭਰਾ ਠੀਕ ਆਲ ਦਾ ਬੈਸਟ ਭਾਜੀ ਫਾਈਨਲ ਮੈਚ 1,00,000 ਰੁਪਿਆ ਪ੍ਰਾਈਜ਼ ਅੱਜ ਦੇ ਟੂਰਨਾਮੈਂਟ ਦਾ ਹੁਣ ਕੀ ਰਣਨੀਤੀ ਹੋਊਗੀ ਟੀਮ ਦੀ ਰਣਨੀਤੀ ਇਹੀ ਹੋਊਗੀ ਜੀ ਪਹਿਲੇ ਬੋਲਿੰਗ ਕਰਨੀ ਕਮ ਸੇ ਕਮ ਹੋ ਕੇ ਆਰਾਮ ਨਾਲ ਚੇਂਜ ਕਰਨੀ ਪ੍ਰੈਸ਼ਰ ਨਹੀਂ ਹੋਣਾ ਠੀਕ ਹੈ ਜੀ ਕੋਈ ਬੋਲਿੰਗ 'ਚ ਕੋਈ ਓਪਨਿੰਗ 'ਚ ਚੇਂਜ ਦੇਖਣ ਨੂੰ ਮਿਲੂਗਾ ਹਾਂ ਦੇਖਦੇ ਹਾਂ ਕੀ ਬਣੂਗਾ ਠੀਕ ਆਲ ਦਾ ਬੈਸਟ ਭਾਜੀ ਓਕੇ ਜੀ ਫੋਟੋਆਂ ਖਿੱਚੀਆਂ ਜਾ ਰਹੀਆਂ ਜੀ ਧਰਤੀ ਸ਼੍ਰੀ ਅੰਮ੍ਰਿਤਸਰ ਉੱਥੋਂ ਚੱਲ ਕੇ ਨਾ ਵੀਰ ਮੇਰਾ ਭਾਉ ਸਾਹਿਬ ਟੋਟਲ ਟੀਮਾਂ ਜਿਹੜੀ ਸੀ ਲਓ ਜੀ ਸਾਡੇ ਦਰਮਿਆਨਾ ਵਾਲਵੋ ਕੋਠੀ ਭਾਜੀ ਕਿਵੇਂ ਹੋ ਜੀ ਕਿਵੇਂ ਲੱਗ ਰਿਹਾ ਅੱਜ ਦਾ ਖੇਡ ਮੇਲਾ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਕਮੀ ਪੇਸ਼ੀ ਕੋਈ ਵੀ ਨਹੀਂ ਕੋਈ ਕਮੀ ਪੇਸ਼ੀ ਨਹੀਂ ਸਿਰਾ ਹੋਇਆ ਪਿਆ ਕੀ ਕੁਝ ਵੱਖਰਾ ਦੇਖਣ ਨੂੰ ਮਿਲ ਰਿਹਾ ਇੱਥੇ ਵੱਖਰਾ ਆ ਇੱਕ ਤਾਂ ਹਰੇਕ ਬਾਲ ਤੇ ਪੈਸਾ ਲੱਗਣ ਦਿਆ ਇੱਕ ਕਰੋੜ ਬਹੁਤ ਜ਼ਿਆਦਾ ਘੱਟੋ ਘੱਟ 10,000 ਬੰਦਾ ਇੱਥੇ ਹੈਗਾ ਏ ਹਾਂ ਲਾਈਵ ਬਹੁਤ ਵਿਊ ਬਹੁਤ ਹੁੰਦਾ ਹੈ ਤੇ ਕਿੰਨਾ ਕੁ ਲੋਕ ਹੁੱਡਿੰਗ ਕਰਦੇ ਆ ਤਾੜੀਆਂ ਮਾਰਦੇ ਆ ਕਿੰਨਾ ਕੁ ਸਵਾਹ ਆ ਜਾਂਦਾ ਬਹੁਤ ਜ਼ਿਆਦਾ ਨਜ਼ਾਰੇ ਆ ਪੂਰੇ ਠੀਕ ਆ ਭਾਜੀ ਆਲ ਦਾ ਬੈਸਟ ਸੋ ਅੱਜ ਦੇ ਖੇਡ ਮੇਲੇ ਦੇ ਉੱਪਰ ਡੀਐਸਪੀ ਸਾਹਿਬ ਬਹੁਤ ਵਧੀਆ ਵੈਰੀ ਨਾਈਸ ਥੈਂਕ ਯੂ ਜੀ ਸੋ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਜਾ ਰਹੀ ਆ
ਸਾਡੇ ਅੱਜ ਦੇ ਬਹੁਤ ਹੀ ਪਿਆਰੇ ਵੀਰ ਅਮਰਤ ਰਹਿਲ ਭਰਾ ਕੀਤਰ ਸਾਹਿਬ ਨਾਲ ਟਵਾਣਾ ਸਾਹਿਬ ਵੀ ਲੈਣੇ ਆ ਹੁਣ ਤੇਰਾ ਰਿਵਿਊ ਲੈਣਾ ਕਿਵੇਂ ਲੱਗਾ ਇਹ ਕੰਮ ਕੀਤਰ ਭਾਈ ਜੀ ਹੁਣੀ ਸਾਡੇ ਪਵਨੀਤ ਭਾਈ ਹੁਣੀ ਨਾਲ ਗੁਰਵੀਰ ਭਾਈ ਹੁਣੀ ਸਨੀ ਹੁਣੀ ਅਭੀ ਨਾਗਰਾ ਸੋ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਅੱਜ ਦੇ ਖੇਡ ਮੇਲੇ ਦੇ ਉੱਪਰ ਅੱਛਾ ਤੂੰ ਕੀ ਜੀ ਇਨਸਾਨ ਹੈ ਬੜਾ ਮੁਸ਼ਕਲ ਹੈ ਇਧਰਲੇ ਪਾਸੇ ਵੀ ਛੋਟੇ ਵੀਰ ਦਾ ਅੱਜ ਟਾਈਮ ਘੱਟ ਗਿਆ ਸਾਡਾ ਭਰਾ ਚੱਲੀ ਦਾ ਹੀਰਾ ਪਹਿਲਾ ਸੇਵਾ ਦਾ ਜਿਹੜਾ ਕਾਸਕੋਨਾ ਜੁੜਿਆ ਸੀ ਇਹ ਉਦੋਂ ਦਾ ਹੈ ਫਿਰ ਇਹਨੂੰ ਬਸ ਨਹੀਂ ਪਵਾ ਅਸੀਂ ਪੰਜਾਬ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਾਹਿਬ ਸਰਦਾਰ ਦਵਿੰਦਰ ਸਿੰਘ ਸੰਧੂ ਸਾਹਿਬ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਸੋ ਬਹੁਤ ਹੀ ਵਧੀਆ ਮੇਲਾ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਸਾਰੀ ਕਮੇਟੀ ਮੈਚ ਹਾਰ ਕੇ ਅਫਸੋਸ ਕਰਦੇ ਮੈਚ ਹਾਰ ਕੇ ਅਫਸੋਸ ਕਰਦੇ ਹੋ ਭਾਜੀ ਨੀ ਤੁਹਾਡੇ ਕਿੰਨਾ ਦੁੱਖ ਹੋ ਰਿਹਾ ਯਾਰ ਹਾਰੀ ਜਾਂਦੇ ਹੋ ਚਲੋ ਚਲੋ ਕੋਈ ਗੱਲ ਨੀ ਹੋਰ ਮਿਲ ਪਰ ਘਰੇ ਨੀ ਗਏ ਦੇਖ ਕੇ ਜਾਓਗੇ ਮਨ ਦੇ ਵਿੱਚ ਹੋਣਾ ਵੀ ਕਾਸ਼ ਅਸੀਂ ਹੁੰਦੇ ਜਿਹੜਾ ਮਨ ਚ ਹੋਣਾ ਵਿਕਾਸ ਹੁੰਦੇ ਚਲੋ ਕੋਈ ਗੱਲ ਨੀ ਠੀਕ ਆ ਵਧੀਆ ਖੇਡੇ ਤੁਸੀਂ ਸਾਰੇ ਸਾਰੇ ਭਰਾਵਾਂ ਦਾ ਨਾ ਉਹ ਸਾਹਮਣੇ ਬਾਣ ਪਾਉਣ ਲਈ ਕਰੇ ਗੱਭਰੂ ਤਿਆਰ ਹੈ ਮੇਲਾ ਕਹਿੰਦੇ ਚਪੜਾਉਂਦੇ ਅੱਜ ਮਨਵੀ ਦੀ ਖੇਡ ਸਟੇਡੀਅਮ ਤੇ ਚੱਲਦਾ ਹੈ ਐਂ ਤੀਜਾ ਸਾਲ ਹੈ ਪੈਂਦੀ ਬਾਲ ਹੈ ਹਾਂ ਕਹਿੰਦੇ ਬੱਲੇ ਬੱਲੇ ਕਰਵਾਈ ਆ ਧੌੜੇ ਦੇ ਕਹਿੰਦੇ ਵੱਡੇ ਕੱਪ ਦੇ ਜਿਹੜੇ ਬਰਨਾਲੇ ਦੇ ਵਿੱਚ ਪਰ ਜਦੋਂ ਕਹਿੰਦੇ ਕਹਿੰਦੇ ਮਲੇਰ ਗੁਰਲੇ ਚ ਆ ਗਿਆ ਤੇ ਕਹਿੰਦੇ ਧੰਨ ਧੰਨ ਕਰਵਾਈ ਤੁਰ ਆਉਂਦਾ ਕਹਿੰਦੇ ਫਾਈਨਲ ਖੇਡ ਰਿਹਾ ਚਾਚੇ ਹੁਣ ਕਹਿੰਦਾ ਵੀ ਮੁਸੀਬਤਾਂ ਵਾਲਿਆ ਤੇਰਾ ਵੀ ਧੰਨਵਾਦ ਹੈ ਬਾਣ ਪਾਉਣ ਦੇ ਲਈ ਕਹਿੰਦੇ ਮੁੰਡਾ ਫੇਰ ਕਹਿੰਦੇ ਤਿਆਰ ਆ ਨਾਮ 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 ਹੋ 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 ਬੱਲੇ 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 ਹੋ ਗਈ ਕਮਾਲ ਪਰਾ ਸਾਹੀ ਦੇ ਮੇਰੇ ਵੀਓ ਛੋਟੀ ਉਮਰ ਦਾ ਸਟਾਰ ਕਹਿੰਦੇ ਮਾਰਦੇ ਆ ਹਾਸ ਕਰਾ ਵਾਲਾ ਸਵਰਨਾ ਮੇਰੇ ਪੰਜਾਬੀ ਵੀਰੋ ਬਾਕੀ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਹੈ ਉਧਰ ਹੋਪੀ ਧਾਰੀਵਾਲ ਜੀ ਬਾਲੀਵੁੱਡ ਦੇ ਕਹਿੰਦੇ ਸੁਪਰ ਡੁਪਰ ਸਟਾਰ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹੈ ਐਂਡ ਕਰੀਏ ਪੰਜਾਬੀ ਫਿਲਮਾਂ ਦੇ ਸ਼ਿੰਗਾਰ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਪਰ ਵੀ ਹਾਜ਼ਰੀ ਹੈ ਮੈਂ ਵੀ ਸਾਹਮਣੇ ਬਾਲ ਪੈਂਦੀ ਹੈ ਇਸ ਮਰਸੂਲ ਕੁੜੀਆ ਲਾ ਜੀ ਤੇ ਠੀਕ ਹੈ ਨਹੀਂ ਪੰਜ ਵਾਰ ਮੱਤੇ ਲਾਣੇ ਪੱਕਾ ਭਾਈ ਜੀ ਟਾਰਗੇਟ ਦੱਸੀ ਆ ਤੁਹਾਨੂੰ ਕਿੰਨੇ ਦਾ ਹੈ ਲੈ ਟਾਈਮ ਲੱਗ ਗਿਆ ਜੀ ਸਰੀਰ ਟਾਈਮ ਲੱਗ ਗਿਆ ਦੇਖ ਰਹਾ ਹੈ ਇੱਕ ਮਿੰਟ ਜੀ ਮੇਰਾ ਤਾਂ ਪਤਾ ਲੱਗਾ ਕਹਿੰਦੇ ਰਾਜਸਥਾਨ ਤੋਂ ਆਏ ਆ ਸਪੈਸ਼ਲ ਕੱਪ ਲਈ ਇੱਕ ਤਾੜੀ ਲਾਓ ਪਹਿਲਾ ਭਰਾਵਾਂ ਲਈ ਜਿਹੜੀ ਨੀ ਦੂਰੋਂ ਚੱਲ ਗਿਆ ਹੈ ਵੀਰੇ ਕੀ ਨਾਮ ਆਪਣਾ ਕਿੱਥੋਂ ਆਏ ਵੀਰੇ ਕਿੰਨਾ ਕਿਲੋਮੀਟਰ ਪੈ ਗਿਆ ਵੀਰੇ 370 ਕਿਲੋਮੀਟਰ ਤੋਂ ਆਏ ਤਾੜੀ ਲਾ ਲਓ ਭਰਾਵਾਂ ਦੀ ਦੂਜੀ ਗੱਲ ਹੈ ਪਹਿਲਾਂ ਵੀ ਕਿਤੇ ਇਹੋ ਜਿਹੇ ਕੱਪ ਦੇਖੇ ਆ ਜਾਂ ਕਿਵੇਂ ਲੱਗਾ ਪ੍ਰਬੰਧ ਕਿਵੇਂ ਲੱਗਾ ਕੋਈ ਕਮੀ ਲੱਗੀ ਤਾਂ ਦੱਸੀ ਕਿਹਦੇ ਵਜੇ ਚੱਲੇ ਸੁਬਾਹ ਇੱਕ ਵਜੇ ਰਾਤ ਦੇ ਚੱਲ ਰਹੇ ਸੀ ਕਿਤੇ 7 ਵਜੇ ਮੇਰੇ ਹਿਸਾਬ ਨਾਲ ਪਹੁੰਚ ਗਏ ਸੀ ਚਲੋ ਧੰਨਵਾਦ ਵੀਰੇ ਇਸੇ ਤਰ੍ਹਾਂ ਸਮਾਨ ਕਰ ਰਹੇ ਸਾਰੇ ਭਰਾ ਬਾਕੀ ਤੁਸੀਂ ਦੱਸ ਦਿੱਤਾ ਟੂਰਨਾਮੈਂਟ ਬਾਰੇ ਚਲੋ
लो जी चपड़ौते दे क्रिकेट कप दे उपर अज दे पहले नंबर ते आने वाली टीम दे वीडियो जिहड़ी बन गई है जनोटा दूजे नंबर ते आने वाली टीम है जिहड़ी बन गई है वीडियो रसूलपुर असीं तड़के ते बैठे आ भाई नजारा एक ताली ला लो पिंड सोने पिंड पंजाब का सोना पिंड चकरा उत्थों सवाल आ रहा है असीं इस चीज के भुखे है ये प्यार सानू इदा ही बनया रहे इदा ही भरा साडे काला सारे जिन्हें भी दरदार भरा आए हैं